ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ 7 ਸਾਲ ਦੇ ਬੱਚੇ ਨੂੰ ਮੌਤ ਇਸ ਤਰ੍ਹਾਂ ਲੱਗ ਗਈ ਖਿੱਚ ਕੇ ਦੂਜੇ ਦੇਸ਼ ਤਾਜ਼ਾ ਵੱਡੀ ਖਬਰ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਲੰਡਨ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ 7 ਸਾਲ ਦੇ ਬੱਚੇ ਦੀ ਅਲਰਜੀ ਕਾਰਨ ਮੌਤ ਹੋ ਗਈ ਆ ਤਸਵੀਰ 7 ਸਾਲ ਦੇ ਬੱਚੇ ਦੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਮਾਸੂਮ ਜਿਹੜਾ 7 ਸਾਲ ਦਾ ਬੱਚਾ ਇਹ ਉਸ ਦੀ ਮਾਂ ਦੇ ਨਾਲ ਉਸ ਦੀ ਤਸਵੀਰ ਆ 7 ਸਾਲ ਦੇ ਬੱਚੇ ਦੀ ਆਪਣੀ ਮਾਂ ਦੇ ਨਾਲ ਆ ਸੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੈਮਰੂਨ ਵਾਹਿਦ ਜੋ ਆਪਣੀ ਮਾਂ ਕੈਂਸੇਡਰਾ ਪਿਤਾ ਰिजਵਾਨ ਅਤੇ ਛੋਟੇ ਪ੍ਰਾ ਐਡਨ ਦੇ ਨਾਲ ਇਟਲੀ ਵਿੱਚ ਛੁੱਟੀਆਂ ਮਨਾਉਣ ਲਈ ਆਇਆ ਸੀ ਆਪਣੀਆਂ ਛੁੱਟੀਆਂ ਦੇ ਦੌਰਾਨ ਇਹ ਪਰਿਵਾਰ ਲਾ ਮਾਰਗਰੇਟਾ ਵਿਲਾ ਗਉ ਪੇਸਨਾ ਰੈਸਟੋਰੈਂਟ ਦੇ ਵਿੱਚ ਪਾਸਤਾ ਖਾਣ ਦੀ ਰੋਗ ਗਿਆ ਇਸ ਦੌਰਾਨ ਬੱਚੇ ਦੇ ਮਾਪਿਓ ਵੱਲੋਂ ਰੈਸਟੋਰੈਂਟ ਦੇ ਕਰਮਚਾਰੀਆਂ ਨੂੰ ਕੈਮਰੂਨ ਦੀ ਡਾਇਰੀ ਅਲਰਜੀ ਤੋਂ ਜਾਣੂ ਕਰਵਾਇਆ ਗਿਆ ਸੀ ਉਹਨਾਂ ਨੇ ਕੈਮਰੂਨ ਦੇ ਖਾਣੇ ਵਿੱਚ ਕਿਸੇ ਵੀ ਕਿਸਮ ਦੀ ਡਾਇਰੀ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਮਨਾ ਕੀਤਾ ਸੀ ਪਰ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਇਸ ਨੂੰ ਹਲਕੇ ਵਿੱਚ ਲੈ ਲਿਆ ਤੇ ਭੋਜਨ ਨੂੰ ਸੁਰੱਖਿਤ ਕਹਿ ਕੇ ਪਰੋਸ ਦਿੱਤਾ ਪਾਸਤਾ ਖਾਣ ਤੋਂ ਬਾਅਦ ਅਚਾਨਕ ਹੀ ਕੈਮਰੂਨ ਦੀ ਤਬੀਅਤ ਖ ਵਿਗੜ ਗਈ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਇਸ ਨਾਲ ਮੌਜੂਦ ਇੱਕ ਨਰਸ ਨੇ ਤੁਰੰਤ ਹੀ ਐਪਪਨ ਦਵਾਈ ਕੈਮਰੋਨ ਨੂੰ ਦਿੱਤੀ ਪਰ 3 ਦਿਨਾਂ ਬਾਅਦ ਨੇਪਲਸ ਦੇ ਇੱਕ ਹਸਪਤਲ ਵਿੱਚ 30 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਰੈਸਟੋਰੈਂਟ ਦੇ ਖਿਲਾਫ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ। ਕਾਫੀ ਲੰਬੇ ਸਮੇਂ ਤੱਕ ਲੜਿਆ ਗਿਆ ਜਿਸ ਨੂੰ ਇਟਲੀ ਦੀ ਅਦਾਲਤ ਵੱਲੋਂ ਉਸ ਰੈਸਟੋਰੈਂਟ ਦੀ ਵेटर ਐਸਟਰਡੀ ਲੂਸੀਆ ਨੂੰ ਗੈਰ ਇਰਾਦਤਨ ਕਤਲ ਦੇ ਵਿੱਚ ਦੋਸ਼ੀ ਪਾਇਆ ਗਿਆ ਤੇ ਰੈਸਟੋਰੈਂਟ ਵੱਲੋਂ ਪਰਿਵਾਰ ਨੂੰ 288000 ਯੂਰੋ ਦਾ ਮੁਆਵਜ਼ਾ ਦਵਾਇਆ ਗਿਆ ਸੋਸ਼ਲ ਮੀਡੀਆ ਤੇ ਅਲਰਜੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਪੋਸਟ ਨੂੰ ਸ਼ੇਅਰ